सवेरा नवी किरण एक ओंकार करो सिमरन। बुझे दिलांच ज्ञान दिया लख जगा के शांत कर लो अपना मन। ਸਤਿ ਸ਼੍ਰੀ ਅਕਾਲ, ਓਮ ਸ਼ਾਂਤੀ। ਪਿਆਰੇ ਪਿਆਰੇ ਦੋਸਤੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਨਵੀਂ ਕਿਰਨ ਵਿੱਚ। ਜੇਕਰ ਅਸੀਂ ਆਪਣਾ ਜੀਵਨ ਕਿਸੇ ਭੈ ਦੇ ਅੰਦਰ ਜਾਂ ਡਰ ਡਰ ਕੇ ਜੀ ਰਹੇ ਹਾਂ, ਤਾਂ ਕੀ ਵਾਕਈ ਇਹ ਜੀਵਨ ਇਸ ਤਰ੍ਹਾਂ ਜੀਣਾ ਚਾਹੀਦਾ ਹੈ? ਆਓ ਇਸੇ 'ਤੇ ਥੋੜ੍ਹੀ ਚਰਚਾ ਕਰਨੇ ਹਾਂ। ਅਤੇ ਸਾਡੇ ਨਾਲ ਸਟੂਡੀਓ ਵਿੱਚ ਆਏ ਹੋਏ ਨੇ ਪ੍ਰੋਫੈਸਰ ਗੌਰਵ ਪੰਜਾਬ ਤੋਂ। ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਓਮ ਸ਼ਾਂਤੀ। ਓਮ ਸ਼ਾਂਤੀ ਭੈਣ ਜੀ। ਭਾਈ ਸਾਹਿਬ, ਅੱਜ ਦਾ ਜਿਹੜਾ ਸਾਡਾ ਵਿਸ਼ੇ ਹੈ, ਇਹ ਬਹੁਤ ਸਾਰੇ ਲੋਕਾਂ ਨੂੰ ਬਹੁਤ ਤੰਗ ਕਰ ਰਿਹਾ ਹੈ। ਮਤਲਬ ਬਿਨਾਂ ਗੱਲ ਦੇ ਜਿਹੜੇ ਵਹਿਮ ਨੇ, ਬਿਨਾਂ ਗੱਲ ਤੋਂ ਜਿਹੜੇ ਡਰ ਅਸੀਂ ਪਾਲ ਲਏ ਨੇ, ਉਹਨਾਂ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਤੁਸੀਂ ਥੋੜ੍ਹਾ ਜਿਹਾ ਸਾਡੇ ਨਾਲ ਅੱਜ ਸ਼ੇਅਰ ਕਰੋ। ਭੈਣ ਜੀ, ਬਹੁਤ ਵਧੀਆ ਗੱਲ ਤੁਸੀਂ ਗੱਲ ਕਰ ਰਹੇ ਹੋ ਕਿ ਅੱਜ ਕੱਲ੍ਹ ਗੁੱਸਾ ਤਾਂ ਚੱਲ ਹੀ ਰਿਹਾ ਜੀ। ਪੈਸੇ ਦੀ ਜਾਂ ਸਮਾਨ ਦੀ ਇੱਕ ਹੋੜ ਚੱਲ ਰਹੀ ਹੈ, ਕਿਤੇ ਨਾ ਕਿਤੇ ਈਰਸ਼ਾ ਵੀ ਚੱਲ ਰਹੀ ਹੈ, ਲੇਕਿਨ ਨਾਲ ਨਾਲ ਇੱਕ ਇਨਸਿਕਿਉਰਿਟੀ, ਇੱਕ ਡਰ ਇਹ ਵੀ ਮਨ 'ਚ ਪਲ ਪਰ ਹੈ। ਸਾਨੂੰ ਇਹ ਲੱਗਦਾ ਹੈ ਕਿ ਜੇ ਮੈਨੂੰ ਘਰ ਦੀ ਸਿਕਿਉਰਿਟੀ ਬਾਰੇ ਥੋੜ੍ਹਾ ਸਾ ਡਰ ਲੱਗ ਰਿਹਾ ਮਨ 'ਚ, ਮੈਂ CCTV ਕੈਮਰੇ ਲਵਾ ਲੈਂਦਾ ਹੈ, ਲੇਕਿਨ ਜਾਂ ਬਾਹਰ ਗਾਰਡ ਬਿਠਾ ਲੈਂਦਾ ਹੈ, ਕਿ ਗਾਰਡ ਬਿਠਾਉਣ ਦੇ ਨਾਲ, CCTV ਲਵਾਉਣ ਦੇ ਨਾਲ ਕਿ ਮੇਰਾ ਡਰ ਘੱਟ ਜਾਏਗਾ? ਨੋ ਡਾਊਟ, ਮੈਂ ਘਰ ਨੂੰ ਸਿਕਿਉਰ ਕਰ ਲਿਆ, ਲੇਕਿਨ ਮੇਰੇ ਮਨ ਦਾ ਡਰ ਤਾਂ ਨਹੀਂ ਗਿਆ। ਮੇਰੇ ਮਨ 'ਚ ਹਜੇ ਵੀ ਡਰ ਹੈ ਕਿ ਸ਼ਾਇਦ ਫਿਰ ਵੀ ਕੁਛ ਹੋ ਸਕਦਾ ਹੈ, ਇਹਨਾਂ ਲੱਗੇ ਹੋਣ ਦੇ, ਇੰਨੇ ਚੀਜ਼ ਹੋਣ ਦੇ ਬਾਵਜੂਦ ਵੀ ਕੁਛ ਵੀ ਨੈਗੇਟਿਵ ਹੋ ਸਕਦਾ ਹੈ। ਅੱਜ ਕੱਲ੍ਹ ਗੱਡੀਆਂ ਦੇ ਵਿੱਚ ਇੰਨੇ ਵਧੀਆ ਵਧੀਆ ਲੋਕ ਆ ਗਏ ਨੇ, ਕੰਪਨੀਆਂ ਕਲੇਮ ਕਰਦੀਆਂ ਨੇ ਕਿ ਇੰਨੇ ਵਧੀਆ ਲੋਕ ਲੱਗਣ ਦੇ ਬਾਅਦ ਗੱਡੀ ਨੂੰ ਕੁਛ ਨਹੀਂ ਹੋਏਗਾ, ਕੋਈ ਚੋਰ ਨਹੀਂ ਕਰ ਸਕਦਾ। ਲੇਕਿਨ ਜੇ ਨਵੀਂ ਗੱਡੀ ਬੰਦੇ ਨੇ ਲਿੱਤੀ ਹੁੰਦੀ ਹੈ, ਉਹਦੇ ਦਿਮਾਗ 'ਚ ਕਿਤੇ ਗੱਡੀ ਪਾਰਕ ਕਰਦਾ, ਕਿਤੇ ਨਾ ਕਿਤੇ ਦਿਮਾਗ 'ਚ ਚੱਲ ਰਹੀ ਹੁੰਦੀ ਹੈ, ਗੱਡੀ ਸੇਫ ਰਹੇ, ਗੱਡੀ ਠੀਕ ਰਹੇ, ਯਾਨੀ ਕਿ ਸਿਕਿਉਰਿਟੀ ਸਿਸਟਮ ਹੱਲ ਨਹੀਂ ਹੈ ਸਾਡੇ ਅੰਦਰ ਦੇ ਡਰ ਦਾ। ਇਹ ਤਾਂ ਸਾਨੂੰ ਆਪਣੇ ਅੰਦਰ ਹੱਲ ਕਰਨਾ ਪਏਗਾ ਕਿ ਸਾਡੇ ਅੰਦਰੋਂ ਡਰ ਨਿਕਲ ਜਾਵੇ। ਇਹਦਾ ਮਤਲਬ ਹੈ, ਜੋ ਤੁਸੀਂ ਕਹਿਣਾ ਚਾਹ ਰਹੇ ਹੋ, ਸ਼ਾਇਦ ਉਹ ਇਹ ਹੈ ਕਿ ਬਾਹਰ ਵੱਡਾ ਜਿਹਾ ਤਾਲਾ ਲਗਾਉਣ ਨਾਲ ਉਹ ਫੀਅਰ ਜਾਏਗਾ ਨਹੀਂ, ਉਹਦਾ ਟ੍ਰੀਟਮੈਂਟ ਸਾਨੂੰ ਕਿਤੇ ਨਾ ਕਿਤੇ ਜਿਹੜੀ ਜੜ ਅੰਦਰ ਹੈ ਉਸ ਡਰ ਦੀ, ਪਹਿਲੇ ਉਹਨੂੰ ਠੀਕ ਕਰਨਾ ਪਏਗਾ। ਬਾਹਰ ਤਾਲੇ ਲਗਾਉਣਾ ਕੋਈ ਗਲਤ ਨਹੀਂ ਹੈ, ਪਰ ਫਿਰ ਵੀ ਤਾਲੇ ਲਗਾਉਣ ਤੋਂ ਬਾਅਦ ਵੀ ਜੇ ਅਸੀਂ ਡਰ ਰਹੇ ਹਾਂ, ਤਾਂ ਉਸ ਚੀਜ਼ ਨੂੰ ਸਾਨੂੰ ਫਿਕਸ ਕਰਨਾ ਪਏਗਾ। ਮੈਂ ਭਾਈ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦੀ ਸੀ, ਇੱਕ ਭੈਣ ਜੀ ਮੈਨੂੰ ਮਿਲੇ ਅਤੇ ਉਹ ਬਹੁਤ ਜ਼ਿਆਦਾ ਹਰ ਚੀਜ਼ ਨੂੰ ਪੁੱਛਦੇ ਹੈ। ਮਤਲਬ ਜਿਸ ਤਰ੍ਹਾਂ ਮਾਨੋ ਨਵਰਾਤਰੇ ਚੱਲ ਰਹੇ ਨੇ, ਠੀਕ ਹੈ, ਅਤੇ ਉਹ ਬਹੁਤ ਜ਼ਿਆਦਾ ਫਿਰ ਡਰ ਜਾਂਦੇ ਹੈ, ਬਈ ਇਸ ਤਰ੍ਹਾਂ ਹੋ ਗਿਆ, ਨਵਰਾਤਰੇ ਸੀ ਅਤੇ ਮੈਂ ਇਹ ਨਹੀਂ ਖਾਣਾ ਸੀ, ਪਰ ਗਲਤੀ ਨਾਲ ਮੈਂ ਉਹ ਪਾਣੀ ਪੀ ਲਿਆ, ਜਾਂ ਮੈਂ ਇਹ ਖਾ ਲਿਆ, ਉਹਦੇ ਵਿੱਚ ਜਿਹੜਾ ਸੀ ਉਹ ਗੇਹੂੰ ਦਾ ਆਟਾ ਸੀ, ਅਤੇ ਹੁਣ ਮੈਨੂੰ ਪਾਪ 'ਤੇ ਨਹੀਂ ਚੜ ਜਾਏਗਾ, ਮੇਰੇ ਨਾਲ ਮਾਤਾ ਰਾਣੀ ਨਿਰਾਸ਼ 'ਤੇ ਨਹੀਂ ਹੋ ਜਾਏਗੀ, ਮੈਨੂੰ ਕੋਈ ਬਦੂਆ 'ਤੇ ਨਹੀਂ ਲੱਗ ਜਾਏਗੀ। ਅਤੇ ਇਸ ਤਰ੍ਹਾਂ ਦੇ ਜਿਹੜੇ ਵਹਿਮ ਨੇ, ਇਹਨਾਂ ਬਾਰੇ ਤੁਸੀਂ ਕੀ ਕਹੋਗੇ ਕਿ ਵਾਕਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ? ਦੇਖੀਏ, ਤੁਹਾਡੀ ਗੱਲ ਬਹੁਤ ਵਧੀਆ ਹੈ। ਮੈਕਸੀਮ ਲੋਕਾਂ ਦੇ ਦਿਮਾਗ 'ਚ ਇਹੋ ਜਿਹੀ ਗੱਲਾਂ ਚੱਲਦੀਆਂ ਨੇ, ਜਿਹੜੇ ਲੋਕ ਇਹਨਾਂ ਚੀਜ਼ਾਂ ਜਿੰਨਾ ਡੁੱਬੀ ਜਾਣਗੇ, ਇਸ ਚੀਜ਼ ਤੋਂ ਬਾਹਰ ਨਹੀਂ ਨਿਕਲਿਆ ਜਾ ਸਕਦਾ। ਬੇਸਿਕਲੀ ਜਿਹੜੀ ਸੋਚ ਚੱਲ ਰਹੀ ਹੈ ਉਹ ਸਾਨੂੰ ਤੰਗ ਕਰਦੀ ਹੈ, ਮੇਰੇ ਨਾਲ ਐਂ ਤਾਂ ਨਹੀਂ ਹੋ ਜਾਊਗਾ, ਮੈਂ ਕਮਿਟਮੈਂਟ ਕੀਤੀ ਸੀ, ਮੈਂ ਐਂ ਕਿਹਾ ਸੀ ਮੈਂ ਇੰਨੇ ਵਰਤ ਰੱਖੂੰਗਾ, ਅਤੇ ਮੇਰੀ ਸਿਹਤ ਅਲਾਊ ਨਹੀਂ ਕਰ ਰਹੀ ਹੈ, ਮੈਂ ਇੰਨੇ ਵਰਤ ਨਹੀਂ ਰੱਖ ਪਾਇਆ, ਅਤੇ ਉਹ ਜਿਹੜੇ ਮੇਰਾ ਡਰ ਹੈਗਾ ਉਹ ਮੈਨੂੰ ਖਰਾਬ ਕਰੇਗਾ। ਸਾਡੀਆਂ ਕਥਾਵਾਂ ਵੀ ਬਣੀਆਂ ਹੋਈਆਂ ਨੇ। ਈਵਨ ਜੋ ਇੱਕ ਕਥਾ ਮੈਂ ਸੁਣੀ ਹੈ, ਮੈਂ ਬਹੁਤ ਜ਼ਿਆਦਾ ਕਥਾਵਾਂ ਤਾਂ ਨਹੀਂ ਸੁਣੀਆਂ, ਪਰ ਇੱਕ ਕਥਾ ਮੈਂ ਸੁਣ ਰਹੀ ਸੀ, ਉਹਦੇ ਵਿੱਚ ਕੁਛ ਇਸ ਤਰ੍ਹਾਂ ਕਿਹਾ ਗਿਆ ਸੀ, ਬਈ ਉਹਨੇ ਪਾਣੀ ਪੀ ਲਿਆ ਅਤੇ ਫਿਰ ਉਹਨੂੰ ਬਹੁਤ ਸਾਰੀਆਂ ਸੂਈਆਂ ਚੁੱਭ ਗਈਆਂ। ਇੰਨਾ ਡਰ ਮਤਲਬ ਲੋਕਾਂ 'ਚ ਬਿਠਾ ਦਿੱਤਾ ਗਿਆ, ਅਤੇ ਕੀ ਇਹ ਸਹੀ ਹੈ? ਉਹਦੇ ਪਿੱਛੇ ਵੀ ਕਾਰਨ ਸੀਗਾ, ਲੋਕਾਂ ਦੇ ਵਿੱਚ ਕਿਉਂ ਡਰ ਬਿਠਾਇਆ ਗਿਆ ਕਿ ਮੈਂ ਮੰਨ ਲਓ ਕਮਿਟਮੈਂਟ ਕਰ ਲਈ ਕਿ ਜੀ ਮੈਂ ਇੰਨੇ ਵਰਤ ਰੱਖੂੰਗਾ ਜਾਂ ਮੈਂ ਆਹ ਚੀਜ਼ਾਂ ਨਹੀਂ ਖਾਣੀਆਂ, ਅਤੇ ਲੋਕ ਇਹਨੂੰ ਕੈਜੂਅਲ ਨਾ ਲੈਣ, ਲੋਕ ਇਸ ਨੂੰ ਕਹਿਣਾ ਕਮਿਟਮੈਂਟ ਰੱਖਣ ਕਿ ਮੈਂ ਜੇ 5 ਵਰਤ ਬੋਲੇ ਹਾਂ ਜਾਂ 3 ਬੋਲੇ ਹਾਂ ਤਾਂ ਮੈਂ ਐਟਲੀਸਟ ਉਹਨੂੰ ਕਰਾਂ। ਹਾਂਜੀ, ਇਹਦਾ ਭਾਵ ਸਿਰਫ ਇਹ ਨਹੀਂ ਸੀਗਾ ਕਿ ਅਸੀਂ ਬਸ ਉਹ ਕਮਿਟਮੈਂਟ ਫੋਲੋ ਕਰੀਏ, ਲੋਕਾਂ ਨੂੰ ਜਦ ਤੁਸੀਂ ਜਾਣਦੇ ਹੋ ਲੋਕਾਂ ਦਾ ਸੁਭਾਅ ਕਿਹਾ ਜਾਏ, ਜੇ ਆਪਾਂ ਕਹਾਂਗੇ ਨਾ ਜੀ ਇੰਨਾ ਕੰਮ ਕਰੋ, ਅਤੇ ਜੇ ਮਨ 'ਚ ਡਰ ਨਹੀਂ ਪਾਵਾਂਗੇ ਤਾਂ ਕਈ ਵਾਰ ਕੰਮ ਨੂੰ ਨਹੀਂ ਕਰਦੇ, ਅਤੇ ਸਿਰਫ ਮਨ 'ਚ ਇੱਕ ਡਰ ਬਿਠਾਇਆ ਗਿਆ ਸੀਗਾ ਕਿ ਅਸੀਂ ਕਮਿਟਮੈਂਟ ਪੂਰੀ ਕਰੀਏ, ਲੇਕਿਨ ਬੇਸਿਕਲੀ
ਇਹਦੇ ਨਾਲ ਕੁਛ ਨਹੀਂ ਹੈ, ਸਿਰਫ ਆਪਣੀ ਸੋਚ ਦੀ ਗੱਲ ਹੈ। ਮੈਂ ਜੇ ਕਿੰਨੇ ਲੋਕਾਂ ਨੂੰ ਜਾਣਦਾ ਹੈ ਜਿਹੜੇ ਪੂਜਾ ਪਾਠ ਕਰਦੇ ਨੇ ਲੇਕਿਨ ਵਹਿਮ ਨਹੀਂ ਰੱਖਦੇ, ਬਹੁਤ ਖੁਸ਼ ਰਹਿੰਦੇ ਨੇ। ਅਤੇ ਮੈਂ ਕਹਿੰਦਾ ਜੀ, ਜੇ ਅਸੀਂ ਸੱਚੀ ਗੱਲ ਕਰੀਏ, ਕਿੰਨੇ ਲੋਕ ਹੈ ਜਿਹੜੇ ਪੂਜਾ ਨਹੀਂ ਕਰਦੇ ਲੇਕਿਨ ਬਹੁਤ ਇੰਟੈਲੀਜੈਂਟ ਹੈ, ਕਿੰਨੇ ਲੋਕ ਹੈ ਜਿਹੜੇ ਪੂਜਾ ਪਾਠ ਨਹੀਂ ਕਰਦੇ ਲੇਕਿਨ ਬਹੁਤ ਧਨਵਾਨ ਹੈ। ਇਹ ਕਹਿੰਦਾ ਪਾਵੇ ਹੈ, ਨੋ ਡਾਊਟ। ਤੁਸੀਂ ਅਬਰੋਡ ਚਲੇ ਜਾਓ, ਮਲਟੀ ਮਿਲੀਅਨਰਸ ਨੇ, ਉਹ ਕਿਹੜੇ ਵਰਤ ਰੱਖਦੇ? ਜੀ ਜੀ ਜੀ, ਕੋਈ ਕੁਛ ਨਹੀਂ ਕਰ ਰਿਹਾ, ਨੋ ਡਾਊਟ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਚੀਜ਼ ਬਹੁਤ ਚੰਗੀ ਹੈ, ਜੇ ਅਸੀਂ ਕਰ ਰਹੇ ਹਾਂ ਇਹ ਬਹੁਤ ਚੰਗਾ ਹੈ। ਲੇਕਿਨ ਜੇ ਕੋਈ ਸਾਡੇ ਤੋਂ ਕੋਈ ਚੀਜ਼ ਨਹੀਂ ਹੋ ਪਾ ਰਹੀ ਹੈ, ਕੋਈ ਹੈਲਥ ਇਸ਼ੂ ਆ ਗਿਆ, ਅਸੀਂ ਪੂਰਾ ਉਸ ਨਹੀਂ ਕਰ ਪਾ ਰਹੇ, ਤਾਂ ਇਸ ਬਾਰੇ ਕੁਛ ਨਹੀਂ ਸੋਚਣਾ ਚਾਹੀਦਾ ਕਿ ਐਂ ਕਰ ਲਿਆ ਇਹਦਾ ਐਂ ਤਾਂ ਨਹੀਂ ਹੋ ਜਾਊਗਾ। ਜਿੰਨਾ ਸੋਚੀ ਜਾਵਾਂਗੇ ਉਲਟਾ ਚੀਜ਼ਾਂ ਉਦੋਂ ਖਰਾਬ ਹੋਣੀਆਂ ਸ਼ੁਰੂ ਹੋ ਜਾਣਗੀਆਂ। ਜਦੋਂ ਤੁਸੀਂ ਕੁਛ ਵੀ ਨੈਗੇਟਿਵ ਨਹੀਂ ਸੋਚਦੇ, ਚੀਜ਼ਾਂ ਕਦੇ ਖਰਾਬ ਨਹੀਂ ਹੁੰਦੀਆਂ। ਮੈਂ ਮੰਨਦਾ ਜਿੰਨੇ ਵੀ ਇਹ DT ਪਾਵਰਸ ਹੈ, ਇਹ ਕਦੇ ਕਿਸੇ ਦਾ ਗਲਤ ਨਹੀਂ ਚਾਹੁੰਦੀਆਂ। ਜਿਵੇਂ ਅਸੀਂ ਇਹਨਾਂ ਨੂੰ ਆਪਣਾ ਵੱਡਾ ਮੰਨਦੇ ਹਾਂ, ਆਪਣਾ ਇਸ਼ਟ ਮੰਨਦੇ ਹਾਂ, ਜੇ ਸਾਨੂੰ ਕੋਈ ਆਪਣਾ ਇਸ਼ਟ ਮੰਨੂਗਾ, ਅਸੀਂ ਕਿਤੇ ਨੁਕਸਾਨ ਕਰ ਸਕਦੇ ਹਾਂ? ਜੇ ਸਾਨੂੰ ਕੋਈ ਆਪਣਾ ਵੱਡਾ ਮੰਨੂਗਾ, ਜਿਸ ਤੋਂ ਗਲਤੀ ਹੋ ਗਈ ਹੈ, ਤਾਂ ਉਹ ਸੌਰੀ ਮੰਗ ਲੈਂਦਾ ਕਿ ਅਸੀਂ ਉਹਨੂੰ ਤਕਲੀਫ ਦੇਵਾਂਗੇ? ਕਦੇ ਵੀ ਨਹੀਂ। ਜੇ ਕੋਈ ਚੰਗਾ ਬੰਦਾ ਹੋਏਗਾ, ਜੇ ਕੋਈ ਸਮਝਦਾਰ ਹੋਏਗਾ, ਤਾਂ ਉਹ ਕਿਉਂ ਕਹੇਗਾ? ਪਰ ਇੰਨਾ ਪੈ ਹੈ ਲੋਕੀ, ਤੇ ਮਤਲਬ ਜਿਹੜੀ ਪੂਜਾ ਵੀ ਹੈ ਰੋਜ਼ ਦੀ ਜਿਹੜੀ ਕਰਦੇ ਨੇ, ਉਹ ਇਸ ਲਈ ਕਰਦੇ ਨੇ ਵੀ ਜੇ ਅਸੀਂ ਨਾ ਕਰੀਏ ਤਾਂ ਫਿਰ ਪਰਮਾਤਮਾ ਸਾਡੇ ਨਾਲ ਨਾਰਾਜ਼ ਹੀ ਨਾ ਹੋ ਜਾਏ। ਜੀ ਬਿਲਕੁਲ, ਇਹਦਾ ਸਿਸਟਮ ਤਾਂ ਬਣਾਇਆ ਗਿਆ ਸੀਗਾ, ਲੋਕਾਂ ਦੇ ਮਨ 'ਚ ਡਰ ਤਾਂ ਪਾਇਆ ਗਿਆ ਸੀਗਾ ਕਿ ਅਸੀਂ ਆਪਣਾ ਨਿਯਮ ਨਾ ਛੱਡੀਏ। ਦੇਖੀਏ, ਰੋਜ਼ ਜੇ ਅਸੀਂ ਸੁਬਾਹ ਉੱਠ ਕੇ ਨਿਤਨੇਮ ਕਰਦੇ ਹਾਂ, ਤਾਂ ਕਿਤੇ ਨਾ ਕਿਤੇ ਉਹਦਾ ਇਫੈਕਟ ਸਾਡੇ ਸਿਸਟਮ 'ਤੇ, ਸਾਡੀ ਸੋਚ 'ਤੇ ਪੈਂਦਾ ਹੈ। ਅਸੀਂ ਪੋਜ਼ਿਟਿਵ ਹੁੰਦੇ ਹਾਂ ਕਿ ਅਸੀਂ ਰੱਬ ਨੂੰ ਯਾਦ ਕੀਤਾ ਅੱਜ, ਅਤੇ ਅੱਜ ਸਾਡਾ ਦਿਨ ਵਧੀਆ ਨਿਕਲੇਗਾ। ਜੇ ਨਹੀਂ, ਇਹਦੇ ਭਾਵ ਇਹ ਨਹੀਂ ਕਿ ਮੈਂ ਨਹੀਂ ਯਾਦ ਕੀਤਾ ਤਾਂ ਗਲਤ ਹੋ ਜਾਏਗਾ, ਸਿਰਫ ਅਸੀਂ ਇਹਨੂੰ ਇਸ ਤਰੀਕੇ ਨਾਲ ਲੈਣਾ ਹੈ ਕਿ ਜੇ ਮੈਂ ਅੱਜ ਰੱਬ ਨੂੰ ਯਾਦ ਕਰਕੇ ਜਾਵਾਂਗਾ ਤਾਂ ਮੇਰਾ ਦਿਨ ਅੱਜ ਹੋਰ ਬਹੁਤ ਵਧੀਆ ਨਿਕਲੇਗਾ। ਇੱਕ ਬਹੁਤ ਸੋਹਣੀ ਗੱਲ ਮੈਨੂੰ ਕਿਸੇ ਨੇ ਦੱਸੀ, ਉਹਨਾਂ ਨੇ ਕਿਹਾ ਕਿ ਦੇਖੋ, ਤੁਹਾਨੂੰ ਪਤਾ ਹੈ ਤੁਹਾਡੇ ਲਈ ਕੀ ਚੀਜ਼ਾਂ ਬਹੁਤ ਬੈਨੀਫਿਸ਼ਲ ਨੇ। ਸਪੋਜ਼ ਮੈਨੂੰ ਜੇ ਇਹ ਲੱਗਦਾ ਹੈ ਕਿ ਮੈਂ ਸਵੇਰੇ ਜੇ ਜਲਦੀ ਉੱਠਾਂ, ਉੱਠ ਕੇ ਪਰਮਾਤਮਾ ਨੂੰ ਯਾਦ ਕਰਾਂ, ਤਾਂ ਮੇਰਾ ਦਿਨ ਬਹੁਤ ਵਧੀਆ ਜਾਂਦਾ ਹੈ। ਹੁਣ ਕਿਸੇ ਕਾਰਨ ਨਾਲ ਅਸੀਂ ਰਾਤੀ ਬਹੁਤ ਲੇਟ ਸੋਏ ਇੱਕ ਦਿਨ, ਅਤੇ ਅਗਲੇ ਦਿਨ ਸਵੇਰੇ ਮੈਂ ਨਹੀਂ ਉੱਠ ਸਕੀ, 6 ਵਜੇ ਉੱਠਣਾ ਸੀ ਅਤੇ ਮੈਂ 8 ਵਜੇ ਉੱਠੀ, ਠੀਕ ਹੈ। ਹੁਣ ਜਾਂ ਤਾਂ ਮੈਂ ਗਿਲਟ ਫੀਲ ਕਰਕੇ ਆਪਣੇ ਆਪ ਨੂੰ ਦੁਖੀ ਕਰ ਲਾਂ, ਜਾਂ ਫਿਰ ਮੈਂ ਐਕਸੈਪਟ ਕਰ ਲਾਂ, ਕੋਈ ਗੱਲ ਨਹੀਂ, ਹੋ ਗਿਆ। ਪਰਮਾਤਮਾ ਤਾਂ ਵੈਸੇ ਵੀ ਕਿਸੇ ਦਾ ਬੁਰਾ ਨਹੀਂ ਕਰਦੇ, ਕਿਸੇ ਨਾਲ ਨਾਰਾਜ਼ ਨਹੀਂ ਹੁੰਦੇ, ਇਹ ਹੋ ਗਿਆ। ਹੁਣ ਇਹਨੂੰ ਦੁਖੀ ਹੋਣ ਦੇ ਬਜਾਏ ਅਸੀਂ ਇਸ ਦਿਨ ਨੂੰ ਵੀ ਚੰਗੀ ਤਰ੍ਹਾਂ ਬਤੀਤ ਕਰੀਏ, ਅਤੇ ਅਗਲੇ ਦਿਨ ਕੋਸ਼ਿਸ਼ ਕਰੀਏ ਬਈ ਟਾਈਮ 'ਤੇ ਸੋ ਕੇ, ਅਤੇ ਫਿਰ ਜਲਦੀ ਉੱਠ ਜਾਈਏ। ਜੀ ਬਿਲਕੁਲ, ਇਹਨੂੰ ਐਕਸਕਿਊਜ਼ ਨਾ ਬਣਾ ਲਓ ਕਿ ਚਲੋ ਰੋਜ਼ ਲੇਟ ਉੱਠਣਿਆ ਚੱਲਦਾ, ਇਹ ਨਾ ਕਰੋ। ਜੀ ਐਗਜੈਕਟਲੀ, ਕਿ ਅਸੀਂ ਉਹ ਸਾਨੂੰ ਰੂਟੀਨ ਨਾ ਬਣ ਜਾਵੇ, ਤਾਂ ਕਰਕੇ ਲੋਕਾਂ ਨੇ ਸਾਡੇ ਬਜ਼ੁਰਗਾਂ ਨੇ ਡਰ ਪਾਇਆ ਕਿ ਜੇ ਅਸੀਂ ਛੱਡ ਦਾਂਗੇ ਤਾਂ ਨੁਕਸਾਨ ਹੋਏਗਾ। ਲੇਕਿਨ ਬੇਸਿਕਲੀ ਉਹ ਚੀਜ਼ ਨਹੀਂ ਹੈਗੀ, ਅਸੀਂ ਆਪਣੇ ਰੂਟੀਨ ਨੂੰ ਬਣਾ ਕੇ ਰੱਖੀਏ। ਮੈਂ ਗੱਲ ਪੁੱਛਦਾ ਹਾਂ ਜੀ, ਸੂਰਜ ਨਿਕਲਦਾ ਹੈ, ਸੂਰਜ ਛੁਪਦਾ ਹੈ, ਧਰਤੀ ਘੁੰਮ ਰਹੀ ਹੈ, ਕਿਵੇਂ ਦਿਨ ਖਰਾਬ ਹੋ ਸਕਦਾ? ਅਸੀਂ ਕਹਿੰਦੇ ਅੱਧਾ ਤਾਂ ਮੇਰਾ ਦਿਨ ਹੀ ਖਰਾਬ ਗਿਆ, ਇਹਦੇ ਵਿੱਚ ਸੂਰਜ ਦਾ ਕੀ ਦੋਸ਼ ਹੈ, ਧਰਤੀ ਦਾ ਕੀ ਦੋਸ਼ ਹੈ? ਇਹ ਮੇਰੀ ਆਪਣੀ ਸੋਚ ਹੈ ਜਿਹੜੀ ਮੈਂ ਬਣਾ ਲੈਂਦਾ। ਮੈਂ ਤੁਹਾਨੂੰ ਦੱਸਦਾ, ਮੇਰੇ ਕੰਮ ਚਾਹੇ ਹੋਣ ਚਾਹੇ ਨਾ ਹੋਣ, ਕੋਈ ਕੋਈ ਦਿਨ ਇਹੋ ਜਿਹਾ ਗੁਜ਼ਰਦਾ ਕਿ ਮੇਰੇ ਸਾਰੇ ਕੰਮ ਹੋ ਜਾਂਦੇ ਨੇ, ਅਤੇ ਕੋਈ ਕੋਈ ਦਿਨ ਇਹੋ ਜਿਹਾ ਵੀ ਨਿਕਲਦਾ ਕਿ ਜਿਹਨੂੰ ਮਿਲਣ ਜਾਂਦੇ ਹਾਂ ਕੰਮ ਹੀ ਨਹੀਂ ਬਣਦਾ। ਲੇਕਿਨ ਮੈਂ ਇੱਕ ਸਿਸਟਮ ਬਣਾਇਆ, ਮੈਂ ਕਹਿੰਦਾ ਰੱਬਾ ਅੱਜ ਦਾ ਦਿਨ ਮੇਰੇ ਵਾਸਤੇ ਬਹੁਤ ਵਧੀਆ ਸੀਗਾ। ਕੰਮ ਨਹੀਂ ਹੋਏ, ਕੰਮਾਂ ਦਾ ਦਿਨ ਨਾਲ ਕੋਈ ਲਿੰਕ ਨਹੀਂ ਹੈ। ਦਿਨ ਵਧੀਆ ਹੈ, ਅੱਜ ਮੈਂ ਸਾਹ ਲੈ ਰਿਹਾ, ਅੱਜ ਮੇਰਾ ਸਰੀਰ ਸਵਸਥ ਹੈ। ਲੈਟਸ ਬੀ ਥੈਂਕਫੁਲ। ਜੀ ਬਿਲਕੁਲ, ਤੁਸੀਂ ਬਹੁਤ ਵਧੀਆ ਗੱਲ ਕਹੀ ਹੁਣੇ। ਤੁਸੀਂ ਕਿਹਾ ਕਿ ਦਿਨ ਕਦੇ ਵੀ ਮਾੜਾ ਜਾਂ ਚੰਗਾ ਨਹੀਂ ਹੁੰਦਾ, ਇਹ ਸਾਡੇ ਵਿਚਾਰ ਨੇ, ਸਾਡੇ ਵਿਚਾਰ ਮਾੜੇ ਜਾਂ ਚੰਗੇ ਹੋ ਸਕਦੇ ਨੇ। ਡੈਫੀਨੇਟਲੀ ਜੇ ਤੁਸੀਂ ਜਲਦੀ ਉੱਠਦੇ ਹੋ ਤਾਂ ਤੁਹਾਡਾ ਦਿਨ ਤੁਸੀਂ ਬੈਟਰ ਹੋਰ ਕੰਮ ਕਰ ਸਕਦੇ ਹੋ ਨੈਚੁਰਲੀ, ਇਸ ਲਈ ਜਲਦੀ ਉੱਠਣਾ ਬਹੁਤ ਚੰਗੀ ਗੱਲ ਹੈ। ਪਰ ਜੇ ਕਰਕੇ ਕਿਸੇ ਦਿਨ ਇਸ ਤਰ੍ਹਾਂ ਹੋ ਗਿਆ ਕਿ ਤੁਸੀਂ ਨਹੀਂ ਕਰ ਪਾਏ ਜਾਂ ਤੁਸੀਂ ਆਪਣਾ ਨਿਤਨੇਮ ਨਹੀਂ ਕਰ ਪਾਏ, ਡੋਂਟ ਫੀਲ ਗਿਲਟੀ। ਬਹੁਤ ਵਧੀਆ, ਮੈਂ ਤੁਹਾਡੇ ਇਸ ਸ਼ੋਅ ਦੇ ਰਾਹੀਂ ਆਹੀ ਮੈਸੇਜ ਦੇਣਾ ਚਾਹਾਂਗਾ, ਜਦੋਂ ਸਾਡੇ ਕੋਲ ਨਿਤਨੇਮ ਨਹੀਂ ਹੋ ਪਾਉਂਦਾ ਹੈ, ਗਿਲਟੀ ਫੀਲ ਨਾ ਕਰੋ, ਮਾਫ਼ੀ ਮੰਗ ਲਓ ਕਿ ਅੱਜ ਮੈਂ ਨਹੀਂ ਕਰ ਪਾਇਆ, ਅਤੇ ਮੈਂ ਕੱਲ੍ਹ ਨੂੰ ਫਿਰ ਤੋਂ ਟਰਾਈ ਕਰੂੰਗਾ, ਅਤੇ ਕੱਲ੍ਹ ਨੂੰ ਉਸ ਨਿਤਨੇਮ 'ਚ ਫਿਰ ਤੇ ਆ ਜਾਈਏ। ਲੇਕਿਨ ਅੰਦਰੋਂ ਲੈ ਆਉਣਾ, ਕੁਛ ਨੁਕਸਾਨ ਨਾ ਹੋ ਜਾਏ। ਲੇਕਿਨ ਜੇ ਮਨ 'ਚ ਚੱਲਦਾ ਰਹੇਗਾ ਮੈਥੋਂ ਗਲਤ ਨਾ ਹੋ ਗਿਆ ਹੋਵੇ, ਤਾਂ ਡੈਫੀਨੇਟਲੀ ਉਹਦਾ ਨੈਗੇਟਿਵ ਇਫੈਕਟ ਵੀ ਪਏਗਾ। ਜੇ ਥੋਟਸ ਨਹੀਂ ਚੱਲਣਗੇ ਤਾਂ ਕੁਛ ਵੀ ਨਹੀਂ ਹੋਵੇ, ਕਿਉਂਕਿ ਜਿਹੜੇ ਸਾਡੇ ਥੋਟਸ ਨੇ ਇਹ ਚੀਜ਼ਾਂ ਨੂੰ ਐਬਜ਼ੋਰਬ, ਇਹ ਚੀਜ਼ਾਂ ਨੂੰ ਯੂਨੀਵਰਸ ਤੋਂ ਕੱਢ ਕੇ ਲਿਆਉਂਦੇ ਨੇ। ਅਸੀਂ ਜਿਹੜੀ ਚੀਜ਼ ਸੋਚਾਂਗੇ ਉਹ ਐਨਰਜੀ ਅਸੀਂ ਕ੍ਰੀਏਟ ਕਰ ਰਹੇ ਹਾਂ, ਅਤੇ ਉਹੀ ਚੀਜ਼ ਸਾਡੇ ਕੋਲ ਰਿਵਰਟ ਵਾਪਸ ਆਉਣੀ ਸ਼ੁਰੂ ਹੋ ਜਾਣਗੀ ਆ। ਅਤੇ ਮੈਂ ਕਦੇ ਨਹੀਂ ਚਾਹਾਂਗਾ ਕਿ ਸਾਡੇ ਵਿਊਅਰਸ ਇਹ ਚੀਜ਼ਾਂ ਨੂੰ ਸੋਚਣ ਕਿ ਮੇਰੇ ਨਾਲ ਗਲਤ ਹੋ ਗਿਆ ਜਾਂ ਮੈਥੋਂ ਗਲਤੀ ਹੋ ਗਈ, ਮੇਰੇ ਨਾਲ ਮਾੜਾ ਹੋਏਗਾ। ਇਹ ਕਦੇ ਥੋਟ ਨਹੀਂ ਲੈਣਾ ਚਾਹੀਦਾ, ਇੱਕ ਥੋਟ ਰੱਖੀਏ ਕਿ ਮੈਂ ਵਧੀਆ ਕਰਮ ਕਰ ਰਿਹਾ, ਮੇਰੇ ਨਾਲ ਸਦਾ ਚੰਗਾ ਹੀ ਹੋਣਾ ਹੈ। ਅਤੇ ਯਕੀਨ ਮੰਨੋ, ਤੁਹਾਡੇ ਨਾਲ ਹਰ ਬੰਦੇ ਨਾਲ ਚੰਗਾ ਹੀ ਹੋਏਗਾ। ਇਹ ਮੈਂ ਕਿਤਾਬਾਂ ਦੀ ਲਿਖੀ ਗੱਲ ਨਹੀਂ ਕਹਿ ਰਿਹਾ,
ਇਹ ਮੈਂ ਆਪਣੀ ਪਰਤਿਆਈ ਹੋਈ ਆਪ ਕੀਤੀ ਗੱਲ ਦੱਸ ਰਿਹਾ ਤੁਹਾਨੂੰ। ਬਿਲਕੁਲ ਭਾਈ ਸਾਹਿਬ, ਪਰ ਇੱਕ ਹੋਰ ਜਿਹੜੀ ਗੱਲ ਹੈ, ਇੱਕ ਹੋਰ ਏਰੀਆ ਹੈ ਜਿੱਥੇ ਤੇ ਸਪਿਰਿਚੁਐਲਿਟੀ ਵੀ ਇਹ ਗੱਲ ਨੂੰ ਮੰਨਦੀ ਹੈ ਕਿ ਵਾਈਬ੍ਰੇਸ਼ਨਸ ਹੁੰਦੀਆਂ ਨੇ, ਪੋਜ਼ਿਟਿਵ ਵੀ ਹੁੰਦੀਆਂ ਨੇ ਅਤੇ ਨੈਗੇਟਿਵ ਵੀ ਹੁੰਦੀਆਂ ਨੇ। ਹੁਣ ਬਹੁਤ ਸਾਰੇ ਲੋਕ ਇਹ ਫੀਲ ਕਰਦੇ ਨੇ ਵੀ ਮੈਨੂੰ ਨਜ਼ਰ ਲੱਗ ਜਾਏਗੀ ਜਾਂ ਸਾਡੇ ਬੱਚੇ ਨੂੰ ਬੁਰੀ ਨਜ਼ਰ ਲੱਗ ਜਾਏਗੀ, ਫਿਰ ਇਹ ਤਾਂ ਐਗਜ਼ਿਸਟ ਕਰਦੀ ਹੋਏਗੀ ਨਾ ਬੁਰੀ ਨਜ਼ਰ, ਕਿਉਂਕਿ ਵਾਈਬ੍ਰੇਸ਼ਨਸ ਤਾਂ ਐਗਜ਼ਿਸਟ ਕਰਦੇ ਨੇ। ਜਿਹੋ ਜਿਹਾ ਅਸੀਂ ਸੋਚ ਰਹੇ ਹਾਂ ਵੈਸੇ ਵਾਈਬ੍ਰੇਸ਼ਨਸ ਐਮਿਟ ਕਰਦੇ ਹਾਂ। ਜੇ ਮੈਂ ਚੰਗਾ ਸੋਚ ਰਿਹਾ ਆਈ ਐਮ ਰੇਡੀਏਟਿੰਗ ਪੋਜ਼ਿਟਿਵ ਵਾਈਬ੍ਰੇਸ਼ਨਸ, ਜੇ ਮੈਂ ਕਿਸੇ ਬਾਰੇ ਨੈਗੇਟਿਵ ਸੋਚ ਰਿਹਾ ਗਲਤ ਸੋਚ ਰਿਹਾ ਆਈ ਐਮ ਰੇਡੀਏਟਿੰਗ ਨੈਗੇਟਿਵ ਵਾਈਬ੍ਰੇਸ਼ਨਸ। ਮੰਨ ਲੀਜੀਏ ਇਹਨੂੰ ਅਸੀਂ ਨਜ਼ਰ ਨੂੰ ਅਸੀਂ ਜੇ ਸਾਇੰਟੀਫਿਕ ਦੇਖੀਏ, ਮੰਨ ਲਓ ਕੋਈ ਵਿਅਕਤੀ ਨੇ ਬਹੁਤ ਸੋਹਣਾ ਸੂਟ ਪਾਇਆ ਅਤੇ ਇੱਕ ਤਾਂ ਉਹਨੂੰ ਐਪਰੀਸ਼ੀਏਟ, ਇੱਕ ਤਾਂ ਬੰਦਾ ਉਹਨੂੰ ਐਪਰੀਸ਼ੀਏਟ ਕਰ ਰਿਹਾ ਬਹੁਤ ਸੋਹਣਾ ਸੂਟ ਪਾਇਆ, ਇੱਕ ਨੇ ਐਪਰੀਸ਼ੀਏਟ ਕੀਤਾ ਹਾਏ ਇੰਨਾ ਮਹਿੰਗਾ ਸੂਟ ਇਹਨੇ ਕਿੱਥੋਂ ਲਿਆ। ਸਭ ਤੋਂ ਪਹਿਲੀ ਗੱਲ, ਜਿਹਨੇ ਕ੍ਰੀਏਟ ਕੀਤਾ ਹੈ ਹਾਏ ਇਹਨੇ ਇੰਨਾ ਮਹਿੰਗਾ ਸੂਟ ਕਿੱਥੋਂ ਲਿਆ, ਇਹ ਸਭ ਤੋਂ ਜ਼ਿਆਦਾ ਨੈਗੇਟਿਵ ਵਾਈਬ੍ਰੇਸ਼ਨਸ ਉਹਨੂੰ ਅਫੈਕਟ ਕਰਨਗੀਆਂ। ਅਤੇ ਜਿਹਦੇ ਬਾਰੇ ਸੋਚ ਰਿਹਾ ਉਹਦੇ ਉੱਪਰ ਬਹੁਤ ਮਾਈਲਡ ਜਿਹਾ ਇਫੈਕਟ ਪਹੁੰਚਦਾ ਵਾਈਬ੍ਰੇਸ਼ਨਸ ਦਾ, ਲੇਕਿਨ ਇਹ ਇਫੈਕਟ ਵੀ ਉਦੋਂ ਕੰਮ ਕਰੇਗਾ ਜਿਹਨੇ ਸੂਟ ਪਾਇਆ ਹੋਇਆ ਹੈ, ਜੇ ਉਹ ਸੋਚਦਾ ਹੈ ਕਿ ਮੇਰੇ ਉੱਪਰ ਮੈਨੂੰ ਨਜ਼ਰ ਲੱਗ ਸਕਦੀ ਹੈ ਤਾਂ ਇਹਦਾ ਇਫੈਕਟ ਹੋਏਗਾ। ਜੇ ਬੰਦਾ ਸੋਚਦਾ ਹੈ ਕਿ ਪਰਮਾਤਮਾ ਨੇ ਦਿੱਤੀ ਹੋਈ ਚੀਜ਼ ਹੈ, ਮੈਂ ਤੇਰਾ ਦਿੱਤਾ ਹੋਇਆ ਪਾ ਰਿਹਾ, ਇਹ ਮੈਨੂੰ ਅੱਗੇ ਵਧਾ ਰਿਹਾ, ਇਹ ਮੈਨੂੰ ਸੁੱਖ ਦੇ ਰਿਹਾ, ਇਹ ਮੇਰੇ ਚੰਗੇ ਵਾਸਤੇ ਹੈ, ਅਤੇ ਨੈਗੇਟਿਵ ਵਾਈਬ੍ਰੇਸ਼ਨਸ ਨਜ਼ਰ ਕੋਈ ਚੀਜ਼ ਕੰਮ ਨਹੀਂ ਕਰੇਗੀ। ਅੱਜ ਕੱਲ੍ਹ ਜਾਂ ਕੋਈ ਨਵਾਂ ਘਰ ਪਾਇਆ, ਬਹੁਤ ਸੋਹਣਾ ਘਰ ਪਾਇਆ ਹੈ, ਉੱਪਰ ਅਕਸਰ ਟੰਗ ਦਿੰਦੇ ਨੇ ਤਾਂ ਕਿ ਤੁਸੀਂ ਦੇਖਿਆ ਹੋਣਾ ਨਜ਼ਰ ਬਿੱਟੂ ਬੋਲਦੇ ਨੇ ਕਿ ਇਹਦੇ ਨਾਲ ਬਚਾਅ ਹੋ ਜਾਏਗਾ। ਨੋ ਡਾਊਟ ਘਰ ਦੇ ਉੱਪਰ ਜਦੋਂ ਉਹ ਦਿਖਦਾ ਹੈ ਉਹ ਕੰਮ ਕਰਦਾ ਹੈ, ਨੋ ਡਾਊਟ, ਮੈਂ ਉਹ ਲੋਕਾਂ ਦੇ ਵਿਸ਼ਵਾਸ ਨੂੰ ਕੰਟਰਡਿਕਟ ਨਹੀਂ ਕਰ ਰਿਹਾ, ਲੇਕਿਨ ਮੈਂ ਕਹਿਣਾ ਚਾਹੁੰਦਾ ਹਾਂ ਬਹੁਤ ਲੋਕ ਇਹੋ ਜਿਹੇ ਨੇ ਜਿਹਨੇ ਬਹੁਤ ਸੋਹਣੇ ਘਰ ਪਾਏ ਨੇ, ਲੇਕਿਨ ਕੋਈ ਨਜ਼ਰ ਬਿੱਟੂ ਉੱਪਰ ਨਹੀਂ ਲਾਉਂਦੇ, ਉਹਨਾਂ ਉਹ ਵੀ ਤਰੱਕੀ ਕਰੀ ਜਾਂਦੇ ਨੇ, ਕਿਉਂਕਿ ਉਹਨਾਂ ਦੇ ਦਿਮਾਗ 'ਚ ਗੱਲ ਬਿਠਾ ਰੱਖੀ ਹੈ ਕਿ ਰੱਬ ਨੇ ਦਿੱਤਾ ਹੈ, ਉਹਦੀ ਦਿੱਤੀ ਹੋਈ ਚੀਜ਼ ਤੋਂ ਅਸੀਂ ਘਰ ਬਣਾਇਆ ਹੈ ਅਤੇ ਇਹਦੇ ਅੰਦਰ ਉਹਦਾ ਹੀ ਵਾਸ ਹੈ। ਅਤੇ ਕਿਤੇ ਨਾ ਕਿਤੇ ਜਿਹੜੀਆਂ ਸਾਡੀ ਪੋਜ਼ਿਟਿਵ ਵਾਈਬ੍ਰੇਸ਼ਨਸ ਨੇ ਉਹ ਉਹਨਾਂ ਦੀ ਨੈਗੇਟਿਵ ਵਾਈਬ੍ਰੇਸ਼ਨਸ ਨੂੰ ਮੈਨੂੰ ਲੱਗਦਾ ਹੈ ਕਿ ਕੱਟ ਕਰ ਦਿੰਦੀਆਂ ਨੇ। ਜੀ ਪੋਜ਼ਿਟਿਵਲੀ ਜਿਵੇਂ ਲਾਈਟ ਜਲਾਵਾਂਗੇ ਤਾਂ ਹਨੇਰਾ ਗਾਇਬ ਹੋ ਜਾਂਦਾ ਹੈ, ਉਵੇਂ ਹੀ ਪੋਜ਼ਿਟਿਵ ਵਾਈਬ੍ਰੇਸ਼ਨ ਦਾ ਜਿੱਥੇ ਇਫੈਕਟ ਹੁੰਦਾ ਹੈ ਨੈਗੇਟਿਵ ਉੱਥੇ ਇਫੈਕਟ ਪਾ ਹੀ ਨਹੀਂ ਸਕਦੀਆਂ। ਅਤੇ ਜੇ ਕੋਈ ਸਾਨੂੰ ਨੈਗੇਟਿਵ ਭੇਜ ਰਿਹਾ ਹੋਏ ਅਤੇ ਅਸੀਂ ਪੋਜ਼ਿਟਿਵ ਭੇਜ ਦਈਏ ਅਤੇ ਉਹਨਾਂ ਦੀ ਜਿਹੜੀਆਂ ਵਾਈਬ੍ਰੇਸ਼ਨਸ ਨੇ ਨਜ਼ਰ ਵਾਲੀਆਂ ਕਹਿ ਲਓ ਜਾਂ ਜੋ ਵੀ ਨੈਗੇਟਿਵ ਵਾਈਬ੍ਰੇਸ਼ਨਸ ਕਹਿ ਲਓ ਉਹ ਸਾਡੇ ਤੱਕ ਪਹੁੰਚਣਗੀਆਂ ਹੀ ਨਹੀਂ। ਜੀ ਬਿਲਕੁਲ, ਅੱਜ ਕੱਲ੍ਹ ਤੁਸੀਂ ਦੇਖੋ ਲੋਕ ਜੇ ਨਜ਼ਰ ਵਾਕਈ ਬਹੁਤ ਕੰਮ ਕਰਦੀ ਹੁੰਦੀ ਫਿਰ ਤਾਂ ਲੋਕ ਇਹ ਤਰੱਕੀ ਨਾ ਕਰਦੇ। ਬਿਲਕੁਲ, ਇੱਕ ਬੰਦੇ ਰਾਈਜ਼ ਕਰ ਰਿਹਾ, 50 ਲੋਕਾਂ ਨੂੰ ਜੈਲਸੀ ਹੋ ਰਹੀ ਹੈ, ਜੇ 50 ਲੋਕ ਨਜ਼ਰ ਲਾ ਰਹੇ ਨੇ ਉਹਨੂੰ, ਜੇ ਨਜ਼ਰ ਵਾਕਈ ਇੰਨੀ ਕੰਮ ਕਰਦੀ ਹੁੰਦੀ ਤਾਂ ਬੰਦਾ ਕੋਈ ਰਾਈਜ਼ ਕਰਦਾ ਹੀ ਨਾ। ਅੱਜ ਤੁਸੀਂ ਦੇਖੋ ਬਿਜ਼ਨਸਮੈਨ ਨੇ ਕਿੰਨਾ ਕਿੰਨਾ ਲੋਕ ਰਾਈਜ਼ ਕਰ ਰਹੇ ਨੇ, ਕਿੰਨਾ ਤਰੱਕੀ ਕਰ ਰਹੇ ਨੇ, ਜਿਹੜੇ ਨਜ਼ਰ ਲਾਉਣ ਵਾਲੇ ਨੇ ਉਹ ਸ਼ਾਇਦ ਨੈਗੇਟਿਵ ਸੋਚ ਵੀ ਰਹੇ ਨੇ, ਲੇਕਿਨ ਜਿਹੜਾ ਗਰੋ ਕਰ ਰਿਹਾ ਇੰਨਾ ਪੋਜ਼ਿਟਿਵ ਬੰਦਾ ਹੁੰਦਾ ਉਹ ਕਹਿੰਦਾ ਰੱਬ ਮੈਨੂੰ ਦੇ ਰਿਹਾ, ਮੈਂ ਉਹਦੇ ਨੇਕ ਕੰਮ 'ਚ ਲੱਗਿਆ, ਮੈਂ ਚੰਗੇ ਕੰਮ ਕਰਦਾ, ਬਿਜ਼ਨਸ ਤਰੀਕੇ ਨਾਲ ਕਰ ਰਿਹਾ, ਮੈਂ ਰਾਈਜ਼ ਕਰਨਾ ਹੀ ਕਰਨਾ। ਅਤੇ ਜਿਹੜੇ ਨੈਗੇਟਿਵ ਲੋਕ ਸੋਚ ਰਹੇ ਨੇ ਉਹਨਾਂ ਦਾ ਇਫੈਕਟ ਵਾਕਈ ਬਹੁਤ ਘੱਟ ਜਾਂਦਾ ਹੈ। ਅਤੇ ਮੈਂ ਤਾਂ ਦੱਸਣਾ ਚਾਹਾਂਗਾ ਅੱਜ ਦੇ ਆਡੀਅੰਸ ਨੂੰ ਕਿ ਸਾਡੀ ਪੋਜ਼ਿਟਿਵ ਵਾਈਬ੍ਰੇਸ਼ਨ, ਸਾਡੀ ਪੋਜ਼ਿਟਿਵ ਵਾਈਬ੍ਰੇਸ਼ਨ ਲੋਕਾਂ ਦੀ ਨੈਗੇਟਿਵ ਵਾਈਬ੍ਰੇਸ਼ਨ ਨੂੰ ਘੱਟ ਕਰ ਦਿੰਦੀਆਂ ਨੇ, ਅਤੇ ਸਾਨੂੰ ਨਜ਼ਰ ਦੇ ਇਫੈਕਟ ਨੂੰ ਮਿਨੀਮਾਈਜ਼ ਜ਼ੀਰੋ ਕਰਨ ਵਾਸਤੇ ਆਪਣੀ ਪੋਜ਼ਿਟਿਵਿਟੀ ਨੂੰ ਵਧਾਉਣ ਦੀ ਲੋੜ ਹੈ। ਜਿੰਨੇ ਅਸੀਂ ਪੋਜ਼ਿਟਿਵ ਹੋਈ ਜਾਵਾਂਗੇ ਉਹਨਾਂ ਲੋਕਾਂ ਦਾ ਨੈਗੇਟਿਵ ਇਫੈਕਟ ਘਟੀ ਜਾਊਗਾ। ਕਈ ਲੋਕਾਂ ਨੂੰ ਤਾਂ ਬਿਮਾਰੀ ਦੀ ਤਰ੍ਹਾਂ ਹੋ ਗਿਆ, ਇੰਨਾ ਵਹਿਮ ਹੋ ਗਿਆ, ਹਰ ਚੀਜ਼ ਕਰਨ ਤੋਂ ਪਹਿਲੇ ਲੋਕ ਡਰਦੇ ਨੇ, ਹਰ ਚੀਜ਼ ਕਰਨ ਤੋਂ ਪਹਿਲੇ ਫੋਨ ਕਰਕੇ ਪੁੱਛਦੇ ਨੇ। ਇਹੋ ਜਿਹੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਇੰਨਾ ਡਰ ਬਿਠਾ ਲਿਆ, ਇਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਜਦੋਂ ਚੋਟ ਲੱਗ ਜਾਂਦੀ ਹੈ ਅਸੀਂ ਟਾਈਮ ਪੁੱਛ ਕੇ ਦਵਾਈ ਖਾਂਦੇ ਹਾਂ? ਨਹੀਂ, ਅਸੀਂ ਟਾਈਮ ਪੁੱਛ ਡਾਕਟਰ ਕੋਲ ਜਾਂਦੇ, ਅਸੀਂ ਪੁੱਛਾਂਗੇ ਸਰ ਥੋੜ੍ਹਾ 2 ਮਿੰਟ ਖੜ੍ਹ ਜਾਓ, ਸ਼ੁਭ ਵੇਲ ਆਉਣ ਵਾਲਾ, ਉਦੋਂ ਪੱਟੀ ਕਰੀਓ? ਨਹੀਂ, ਕਿਉਂ ਅਸੀਂ ਉਹ ਕਿਉਂ ਨਹੀਂ ਕਰਾਉਂਦੇ? ਜਾਂ ਸਾਡੇ, ਮੈਂ ਤਾਂ ਲੋਕਾਂ ਤੋਂ ਇਹ ਪੁੱਛਿਆ, ਜਿਵੇਂ ਸ਼ਰਾਧ ਚੱਲਦੇ ਨੇ ਉਦੋਂ ਕਈ ਵਾਰ ਪ੍ਰੈਗਨੈਂਸੀ ਦੇ ਵਿੱਚ ਡਿਲੀਵਰੀ ਹੁੰਦੀ ਹੈ ਕਿ ਅਸੀਂ ਉਹ ਬੱਚਿਆਂ ਨੂੰ ਹਸਪਤਾਲ ਛੱਡ ਆਉਂਦੇ, ਘਰ ਲੈ ਕੇ ਆਉਂਦੇ, ਇਟ ਇਜ਼ ਇਮਟੀਰੀਅਲ। ਇਹ ਸਾਰੀ ਸਾਡੀ ਆਪਣੀ ਸੋਚ ਹੈਗੀ ਹੈ। ਇਹ ਜਿਹੜੇ 24 ਘੰਟੇ ਨੇ ਇਹ ਨੇਚਰ ਨੇ ਨਹੀਂ ਬਣਾਏ, ਇਹ ਅਸੀਂ ਆਪ ਬਣਾਏ ਨੇ। ਪੌਣੇ 4, 4:15 ਟਾਈਮ ਕੋਈ ਵੀ ਖਰਾਬ ਨਹੀਂ ਹੁੰਦਾ, ਇਹ ਸਾਡੀ ਸਾਰੀ ਸੋਚ ਹੁੰਦੀ ਹੈ। 13 ਤਰੀਕ ਮੈਂ ਕਹਿੰਦਾ ਜੀ, ਮੈਂ ਤੁਹਾਨੂੰ ਗੱਲ ਦੱਸਣਾ ਚਾਹਾਂਗਾ, ਲੋਕ ਕਹਿੰਦੇ ਨੇ ਜਿਸ ਘਰ 'ਚ ਜਾਲੇ ਹੁੰਦੇ ਨੇ ਉੱਥੇ ਤਰੱਕੀ ਨਹੀਂ ਹੁੰਦੀ। ਜਾਲੇ ਆਪਣੇ ਆਪ ਨੈਗੇਟਿਵ ਨਹੀਂ ਹੁੰਦੇ। ਜੇ ਬੰਦੇ ਉੱਥੇ 4 ਬੈਠੇ ਨੇ ਜਿਹਦੇ ਜਾਲੇ 'ਤੇ ਧਿਆਨ ਚੱਲਾ ਗਿਆ, ਉਹ ਕਹੇਗਾ ਜਾਲਾ ਲੱਗਿਆ ਹੋਇਆ, ਉਹ ਚੱਲ ਕੇ ਜਿਹੜਾ ਨੈਗੇਟਿਵ ਥੋਟ ਆਏਗਾ ਦੈਟ ਇਜ਼ ਗੈਟਿੰਗ ਨੈਗੇਟਿਵ ਐਨਰਜੀ। ਜਾਲਾ ਆਪਣੇ ਆਪ 'ਚ ਨੈਗੇਟਿਵ ਨਹੀਂ ਹੁੰਦਾ, ਅਤੇ ਜਿਹੜਾ ਨੈਗੇਟਿਵ ਐਨਰਜੀ ਹਿਊਮਨ ਬੀਂਗਸ ਕ੍ਰੀਏਟ ਕਰ ਰਹੇ ਨੇ। ਹੁਣ ਕਈ ਲੋਕ ਕਹਿੰਦੇ ਨੇ ਕਿ ਭਾਂਡਾ ਟੁੱਟਿਆ ਹੋਇਆ ਹੋਵੇ ਉਹਦੇ ਵਿੱਚ ਨਹੀਂ ਪੀਣਾ ਚਾਹੀਦਾ, ਖਾਣਾ ਨਹੀਂ ਖਾਣਾ ਚਾਹੀਦਾ। ਟੁੱਟਿਆ ਭਾਂਡਾ ਆਪਣੇ ਆਪ 'ਚ ਖਰਾਬ ਨਹੀਂ ਹੁੰਦਾ, ਲੇਕਿਨ ਜਦੋਂ ਅਸੀਂ ਟੁੱਟੇ ਭਾਂਡੇ ਵਿੱਚ ਖਾਣਾ ਖਾ ਰਹੇ ਨੇ ਜਾਂ ਪਾਣੀ ਪੀ ਰਹੇ ਨੇ,
ਕਿਤੇ ਕਿਤੇ ਚੱਲਦਾ ਕਿ ਭਾਂਡਾ ਟੁੱਟਿਆ ਹੋਇਆ। ਮੈਨੂੰ ਲੱਗਦਾ ਦਿਸ ਇਜ਼ ਮੋਰ ਸਾਇੰਟੀਫਿਕ ਆਲਸੋ, ਲੌਜੀਕਲੀ ਜੇ ਤੁਸੀਂ ਦੇਖੋ ਭਾਂਡਾ ਜੇ ਟੁੱਟਿਆ ਹੋਇਆ ਤੁਸੀਂ ਉਹਦੇ 'ਚ ਖਾ ਰਹੇ ਹੋ, ਤੁਹਾਨੂੰ ਲੱਗ ਨਾ ਜਾਏ ਕੋਈ ਸ਼ਾਰਪ ਐਜ ਲੱਗ ਨਾ ਜਾਏ, ਤਾਂ ਕਰਕੇ ਉਹਨੂੰ ਨਹੀਂ ਰੱਖੀਦਾ ਜੀ ਬਿਲਕੁਲ, ਪਰ ਉਹਨੂੰ ਨਾ ਇਸ ਤਰ੍ਹਾਂ ਡਰ ਪਾ ਦਿੱਤੇ ਜੀ ਬਿਲਕੁਲ, ਕਿ ਅਸੀਂ ਇਹ ਚੀਜ਼ਾਂ ਨੂੰ ਅਵੋਇਡ ਕਰੀਏ। ਕਹਿੰਦੇ ਟੁੱਟਾ ਸ਼ੀਸ਼ਾ 'ਚ ਆਪਣਾ ਮੂੰਹ ਨਹੀਂ ਦੇਖਣਾ ਚਾਹੀਦਾ, ਰਾਤੀ ਨੇਲਸ ਨਹੀਂ ਕੱਟਣੇ ਚਾਹੀਦੇ। ਇਹ ਜੇ ਆਪਾਂ ਅੱਜ ਕੱਲ੍ਹ ਤੁਸੀਂ ਦੇਖੋ, ਅੱਜ ਕੱਲ੍ਹ ਤਾਂ ਹਰ ਚੀਜ਼ ਦੇ ਪਿੱਛੇ ਕੀ ਸਾਇੰਟੀਫਿਕ ਰੀਜ਼ਨ ਹੈ, ਉਹ ਅੱਜ ਕੱਲ੍ਹ ਵਟਸਐਪ 'ਤੇ ਕਹਿ ਲਓ ਜਾਂ ਅੱਜ ਕੱਲ੍ਹ ਵੈਸੇ ਮੇਲ ਦੇ ਉੱਪਰ ਜਾਂ ਫੇਸਬੁੱਕ ਦੇ ਉੱਪਰ ਕਈ ਚੀਜ਼ਾਂ ਆਉਣ ਲੱਗ ਗਈਆਂ ਕਿ ਇਹਨਾਂ ਦਾ ਬੇਸਿਕਲੀ ਸਾਇੰਟੀਫਿਕ ਇਫੈਕਟ ਹੈਗਾ। ਉਹ ਜੇ ਸਾਨੂੰ ਕਲੀਅਰ ਹੋ ਜਾਏ, ਸਾਡੇ ਦਿਮਾਗ 'ਚ ਵਹਿਮ ਹੀ ਆਉਣੇ ਬੰਦ ਹੋ ਜਾਣਗੇ। ਬਿਲਕੁਲ, ਮੇਰੇ ਖਿਆਲ ਥੋੜ੍ਹੀ ਸਟੱਡੀ ਕਰ ਲੈਣੀ ਚਾਹੀਦੀ ਹੈ। ਜੋ ਲੋਕ ਵਹਿਮਾਂ ਦੇ ਸ਼ਿਕਾਰ ਨੇ ਤੁਸੀਂ ਥੋੜ੍ਹੀ ਸਟੱਡੀ ਕਰ ਲਓ ਲੌਜੀਕਲੀ। ਕਹਿੰਦੇ ਸੀ, ਮੈਂ ਵੀ ਸੁਣਿਆ ਘਰ ਵਿੱਚ ਸਾਨੂੰ ਕਹਿੰਦੇ ਸੀ ਜੇ ਤੁਸੀਂ ਸ਼ਾਮੀ ਨੇਲਸ ਕੱਟੋਗੇ ਤਾਂ ਰਾਤੀ ਘਰ ਵਿੱਚ ਚੋਰ ਆਏਗਾ। ਜੀ ਜੀ ਜੀ, ਐਕਚੁਅਲੀ ਸ਼ਾਮੀ ਜੇ ਤੁਸੀਂ ਨੇਲਸ ਕੱਟੋਗੇ ਤਾਂ ਤੁਸੀਂ, ਕਿਉਂਕਿ ਹਨੇਰਾ ਹੋ ਜਾਂਦਾ ਹੈ ਤਾਂ ਹੋ ਸਕਦਾ ਤੁਸੀਂ ਆਪਣੀ ਉਂਗਲ ਕੱਟ ਲਓ। ਐਗਜੈਕਟਲੀ, ਇਸ ਲਈ ਕਿਹਾ ਜਾਂਦਾ ਦਿਨ ਵਿੱਚ ਸਨ ਲਾਈਟ ਵਿੱਚ ਤੁਸੀਂ ਆਪਣੇ ਨੇਲਸ ਕੱਟੋ, ਤੇ ਉਹਨੂੰ ਲੌਜੀਕਲੀ ਸਮਝਾਉਣ ਦੀ ਥਾਂ ਥੋੜਾ ਜਿਹਾ ਡਰ ਜਾਂ ਵਹਿਮ ਪਾ ਦਿੱਤਾ ਗਿਆ। ਤਾਂ ਕਿ ਉਹ ਸਾਡੇ ਬਜ਼ੁਰਗ ਜਾਣਦੇ ਸੀਗੇ, ਕਿਸੇ ਨੂੰ ਜੇ ਕੋਈ ਗੱਲ ਮਨਾਣੀ ਹੋਵੇ ਤਾਂ ਡਰ ਸਭ ਤੋਂ ਵਧੀਆ ਚੀਜ਼ ਹੈ। ਅੱਜ ਤੁਸੀਂ ਦੇਖੋ, ਅਸੀਂ ਛੋਟੇ ਜਿਹੇ ਬੱਚੇ ਨੂੰ ਡਰ ਕੁਛ ਨਹੀਂ ਪਤਾ ਹੁੰਦਾ, ਅਸੀਂ ਉਹ ਕੋਈ ਵਾਰ ਵਾਰ ਆ ਕੇ ਕੋਈ ਮਸ਼ੀਨ ਨੂੰ ਛੇੜ ਰਿਹਾ ਅਤੇ ਅਸੀਂ ਕਹਾਂਗੇ ਹਾਂ ਇਹਦੇ ਵਿੱਚ ਕਰੰਟ ਹੈ, ਹਾਲਾਂਕਿ ਅਸੀਂ ਕੋਈ ਚੀਜ਼ ਨਹੀਂ ਹੁੰਦੀ। ਜਦੋਂ ਅਸੀਂ ਡਰਾ ਦਾਂਗੇ ਉਹ ਪਿੱਛੇ ਹਟ ਜਾਏਗਾ। ਤੇ ਬੱਚਿਆਂ 'ਚ ਵੀ ਡਰ ਤੇ ਅਸੀਂ ਪਾ ਰਹੇ ਹਾਂ, ਅਸੀਂ ਪਾ ਰਹੇ ਹਾਂ, ਸਾਡੇ ਬਜ਼ੁਰਗਾਂ ਨੇ ਸਾਡੇ 'ਚ ਡਰ ਪਾਤਾ, ਅਸੀਂ ਅੱਗੇ ਡਰਾ ਰਹੇ ਨੇ, ਕਿਉਂਕਿ ਸਾਨੂੰ ਇਹ ਪਤਾ ਲੱਗ ਗਿਆ ਕਿਸੇ ਨੂੰ ਮਨਾਉਣ ਵਾਸਤੇ ਡਰ ਸਭ ਤੋਂ ਵਧੀਆ ਚੀਜ਼ ਹੈ। ਤੇ ਅਸੀਂ ਹਰ ਥਾਂ ਡਰ ਨਾਲ ਹੀ ਸਾਰਾ ਲੈ ਰਹੇ ਨੇ, ਲੇਕਿਨ ਅਸੀਂ ਇਹ ਭੁੱਲ ਗਏ ਕਿਸੇ ਨੂੰ ਡਰਾਉਣਾ। ਰਿਲੇਸ਼ਨਸ਼ਿਪ ਵਿੱਚ ਵੀ ਕਈ ਵਾਰੀ ਹਸਬੈਂਡ ਵਾਈਫ ਵਿੱਚ ਵੀ ਵਾਈਫ ਕਹਿ ਦਿੰਦੀ ਹੈ ਜੇ ਤੁਸੀਂ ਮੈਨੂੰ ਤੰਗ ਕੀਤਾ ਤਾਂ ਮੈਂ ਆਪਣੇ ਮਾਇਕੇ ਜਾ ਰਹੀ ਹਾਂ। ਐਕਚੁਅਲੀ ਤਾਂ ਤੁਸੀਂ ਡਰਾ ਰਹੇ ਹੋ ਨਾ ਆਪਣੇ ਹਸਬੈਂਡ ਨੂੰ, ਪਰ ਕੀ ਫਾਇਦਾ? ਸਪੋਜ਼ ਉਹ ਅੱਗੋਂ ਕਹਿ ਦੇਣ ਠੀਕ ਹੈ ਚਲੇ ਜਾਓ, ਫਿਰ ਹੋ ਗਈ ਨਾ ਬੇਇੱਜ਼ਤੀ, ਕੀ ਫਾਇਦਾ ਹੋਇਆ? ਇਕੱਲੀ ਬੇਇੱਜ਼ਤੀ ਦੀ ਗੱਲ ਨਹੀਂ ਹੈਗੀ, ਅਸੀਂ ਇੱਕ ਲਿਮਿਟ ਕ੍ਰੋਸ ਕਰ ਰਹੇ ਹਾਂ। ਮੈਂ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਮੇਰਾ ਕਹਿਣਾ ਨਹੀਂ ਮੰਨਿਆ, ਤੁਸੀਂ ਇਹ ਗੱਲ ਨਹੀਂ ਮੰਨੀ, ਕਿਸੇ ਦੇ ਉੱਤੇ ਇਸ ਤਰ੍ਹਾਂ ਤੌਸ ਨਹੀਂ ਜਮਾਉਣੀ ਚਾਹੀਦੀ, ਬਹੁਤ ਗਲਤ ਹੈ ਇਹ। ਅਸੀਂ ਅਲਟੀਮੇਟਲੀ ਉਹ ਇੱਕ ਵਾਰ ਮੰਨੇਗਾ, ਦੋ ਵਾਰ ਮੰਨੇਗਾ, ਉਹਦੀ ਇੱਕ ਲਿਮਿਟ ਆ ਜਾਏਗੀ, ਉਹਦੇ ਬਾਅਦ ਜਿਹੜੀ ਰਿਸਪੈਕਟ ਬੰਦੇ ਦੀ ਕਰਦਾ ਸੀਗਾ ਉਹ ਖਤਮ ਹੋ ਜਾਏਗੀ। ਬਿਲਕੁਲ, ਸਾਨੂੰ ਲੱਗੇਗਾ ਤਾਂ ਰੋਜ਼ ਹੀ ਤੌਸ ਹੀ ਜਮਾਏ ਜਾਂਦੇ। ਅਤੇ ਮੈਂ ਤਾਂ ਇਹ ਕਹਿਣਾ ਚਾਹਾਂਗਾ ਜੀ, ਜਿਹੜਾ ਬੰਦਾ ਆਪਣੇ ਘਰ ਨੂੰ ਸਵਰਗ ਬਣਾਉਣਾ ਚਾਹੁੰਦਾ ਹੈ ਉਹਨੂੰ ਇਹ ਸਭ ਚੀਜ਼ਾਂ ਛੱਡਣੀਆਂ ਪੈਣਗੀਆਂ। ਮੈਂ ਜਿਹੜੇ ਲੋਕਾਂ ਨਾਲ ਰਹਿੰਦਾ ਉਹ ਗਿਣਤੀ ਦੇ 15-20 ਲੋਕ ਨੇ ਜਿਨ੍ਹਾਂ ਨਾਲ ਮੈਂ ਰੋਜ਼ ਮਿਲਦਾ ਹੈ, ਬੱਚੇ, ਪੇਰੈਂਟਸ, ਵਾਈਫ, ਹਸਬੈਂਡ, ਕੋਈ ਗਿਣਤੀ ਦੇ 10-12 ਫਰੈਂਡਸ ਜਿਨ੍ਹਾਂ ਨੂੰ ਮੈਂ ਰੋਜ਼ ਦੇਖਦਾ ਹੈ। ਜੇ ਉਹਨਾਂ ਵਿੱਚ ਹੀ ਮੈਂ 2-4 ਨੂੰ ਦੇਖ ਕੇ ਕੁੜੀ ਜਾਵਾਂਗਾ ਤਾਂ ਮੇਰਾ ਜੀਵਨ ਤਾਂ ਬਿਲਕੁਲ ਹੈਲ ਬਣ ਜਾਏਗਾ। ਤਾਂ ਮੈਂ ਚਾਹੁੰਦਾ ਅੱਜ ਦੇ ਵੀਅਰਸ ਨੂੰ ਇਹ ਦੱਸਣਾ ਕਿ ਜਿਹੜੇ ਅਸੀਂ 15-20 ਲੋਕ ਜਿਹੜੇ ਸਾਡੇ ਸਰਾਊਂਡਿੰਗ 'ਚ ਰਹਿੰਦੇ ਹੈ, ਜਿਹਨਾਂ ਨੂੰ ਅਸੀਂ ਰੋਜ਼ ਦੇਖਦੇ ਹਾਂ, ਰੋਜ਼ ਮਿਲਦੇ ਹਾਂ, ਉਹਨਾਂ ਦੇ ਨਾਲ ਸਾਡਾ ਰਿਲੇਸ਼ਨ ਬਹੁਤ ਵਧੀਆ ਹੋਣਾ ਚਾਹੀਦਾ ਹੈ। ਡਰ ਦੀ ਫੀਲਿੰਗ, ਉਹਨਾਂ ਨੂੰ ਡਰਾਉਣਾ ਜਾਂ ਉਹਨਾਂ ਤੋਂ ਡਰਨਾ, ਇਹ ਜੀ ਕੋਈ ਵੀ ਗੱਲ ਸਾਡੇ ਮਨ 'ਚ ਨਹੀਂ ਹੋਣੀ ਚਾਹੀਦੀ। ਅਸੀਂ ਪਿਆਰ ਨਾਲ ਰਹੀਏ, ਤੁਸੀਂ ਦੇਖੋਗੇ ਤੁਹਾਨੂੰ ਆਹੀ ਜੀਵਨ ਐਂ ਲੱਗੇਗਾ ਕਿ ਮੈਂ ਜਿਵੇਂ ਸਵਰਗ 'ਚ ਰਹਿ ਰਿਹਾ। ਬਿਲਕੁਲ, ਕਈ ਵਾਰੀ ਬਹੁਤ ਸਾਰੇ ਇਨਸਿਕਿਉਰਿਟੀਜ਼ ਵੀ ਸਾਨੂੰ ਆ ਜਾਂਦੀਆਂ ਕਿ ਅੱਛਾ ਮੇਰੇ ਹਸਬੈਂਡ ਹੁਣ ਬਾਹਰ ਟਰੈਵਲ ਕਰ ਰਹੇ ਨੇ, ਕੰਮ ਲਈ ਗਏ ਨੇ, ਕਿਤੇ ਨਾ ਉੱਥੇ ਜਾ ਕੇ ਕੁਝ ਹੋਰ ਨਾ ਹੋ ਜਾਏ, ਜਾਂ ਉੱਥੇ ਜਾ ਕੇ ਉਹ ਕਿਤੇ ਨਾਈਟ ਕਲੱਬ 'ਚ ਨਾ ਚਲੇ ਜਾਣ। ਮਤਲਬ ਇਸ ਤਰ੍ਹਾਂ ਦੀ ਜਿਹੜੀ ਇਨਸਿਕਿਉਰਿਟੀਜ਼ ਹੁੰਦੀਆਂ ਨੇ ਕਿ ਮੇਰੇ ਵੱਲੋਂ ਉਹਨਾਂ ਦਾ ਧਿਆਨ ਹੀ ਨਾ ਹਟ ਜਾਏ, ਅਤੇ ਇਹ ਇਨਸਿਕਿਉਰਿਟੀਜ਼ ਦੇ ਨਾਲ ਕਿਸ ਤਰ੍ਹਾਂ ਡੀਲ ਕਰਨਾ ਚਾਹੀਦਾ? ਹੈਗੀਆਂ ਤਾਂ ਇਹ ਵੀ ਨੈਗੇਟਿਵ ਥੋਟਸ ਹੀ ਨੇ। ਦੇਖੀਏ, ਮੈਂ ਤਾਂ ਇੱਕ ਗੱਲ ਕਹਾਂਗਾ, ਜੇ ਮਨ 'ਚ ਕੋਈ ਗੱਲ ਆ ਰਹੀ ਹੈ ਤਾਂ ਉਹ ਗੱਲ ਕਰ ਲੈਣੀ ਚਾਹੀਦੀ ਹੈ, ਮਨ ਦੇ ਵਿੱਚ ਰੱਖੇ ਰੱਖੋ, ਕਿਉਂਕਿ ਜਦੋਂ ਤੱਕ ਰੱਖੇ ਰੱਖਾਂਗੇ ਉਹ ਚੀਜ਼ ਤੰਗ ਕਰੀ ਜਾਏਗੀ, ਜਦੋਂ ਤੱਕ ਉਹਦਾ ਹੱਲ ਨਹੀਂ ਨਿਕਲੇਗਾ, ਉੱਥੇ ਜਿਹਦੇ ਕਾਰਨ ਸਿਕਿਉਰਿਟੀ ਹੋ ਰਹੀ ਹੈ ਉਹਦੇ ਨਾਲ ਗੱਲ ਹੀ ਕਰ ਲੈਣੀ ਚਾਹੀਦੀ ਹੈ। ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗਾ, ਇੱਕ ਮੈਨੂੰ ਥੋੜ੍ਹੀ ਜਿਹੀ ਛੋਟੀ ਜਿਹੀ ਕਹਾਣੀ ਯਾਦ ਆ ਰਹੀ ਹੈ। ਇੱਕ ਵਾਰ ਇੱਕ ਸਤਸੰਗ ਚੱਲ ਰਿਹਾ ਸੀਗਾ ਅਤੇ ਸੰਤ ਉੱਥੇ ਬੈਠੇ ਸੀਗੇ, ਆਪਣਾ ਸਤਸੰਗ ਕਰ ਰਹੇ ਸੀਗੇ, ਕਿਸਾਨ ਉੱਥੇ ਸਤਸੰਗ ਸੁਣ ਰਿਹਾ ਸੀਗਾ। ਸੰਤ ਜੀ ਕਹਿ ਰਹੇ ਸੀ, ਚਿੰਤਾ ਨਹੀਂ ਕਰੋ, ਡਰ ਨਾ ਕਰੋ, ਚਿੰਤਾ ਨਾ ਕਰੋ, ਚਿੰਤਾ ਛੱਡੋ, ਡਰ ਨੂੰ ਛੱਡੋ। ਕਿਸਾਨ ਕਾਫੀ ਦੇਰ ਸੁਣਦਾ ਰਿਹਾ, ਫਿਰ ਕਿਸਾਨ ਨੇ ਕਿਹਾ, ਸੰਤ ਜੀ ਤੁਸੀਂ ਕਹਿ ਤਾਂ ਬਹੁਤ ਵਧੀਆ ਰਹੇ ਹੋ, ਚਿੰਤਾ ਨਾ ਕਰੋ, ਡਰ ਨਾ ਕਰੋ, ਚਿੰਤਾ ਛੱਡੋ, ਡਰ ਛੱਡੋ, ਮੈਂ ਕਿਵੇਂ ਛੱਡਦਾ? ਖੇਤਾਂ ਦੇ ਵਿੱਚ ਮੇਰੀ ਫਸਲ ਕੱਟੀ ਹੋਈ ਪਈ ਹੈ, ਅਸਮਾਨ 'ਚ ਸਾਰੇ ਬੱਦਲ, ਘਰੇ ਬੱਦਲ ਨੇ, ਜੇ ਬਰਸਾਤ ਪੈ ਗਈ ਸਾਰੀ ਗੇਹੂੰ ਗਿੱਲੀ ਹੋ ਜਾਏਗੀ, ਅਤੇ ਮੈਨੂੰ ਜਿੰਨੇ ਦਾਮ ਮਿਲਣੇ ਆ ਉਹ ਦਾਮ ਨਹੀਂ ਮਿਲਣਗੇ, ਜਿੰਨੇ ਜਿਹੜਾ ਮੈਂ ਕਰਜ਼ਾ ਲਿੱਤਾ ਵਾ ਕਰਜ਼ਾ ਕਿਵੇਂ ਲਾਹੂੰਗਾ ਮੈਂ, ਅਤੇ ਮੈਂ ਬੱਚਿਆਂ ਦੀ ਸਕੂਲ ਦੀ ਫੀਸ ਭਰਨੀ ਹੈ, ਕਾਲਜ ਦੀ ਫੀਸ ਭਰਨੀ, ਉਹ ਕਿਵੇਂ ਭਰੂੰਗਾ? ਚਿੰਤਾ ਤਾਂ ਹੋਏਗੀ ਹੋਏਗੀ। ਅਤੇ ਸੰਤ ਜੀ ਸਾਰੀ ਗੱਲ ਸੁਣਨ ਦੇ ਬਾਅਦ ਇਹ ਕਹਿੰਦੇ, ਜੇ ਤੇਰੇ ਚਿੰਤਾ ਕਰਨ ਨਾਲ ਬੱਦਲ ਰੁਕ ਜਾਣਗੇ, ਬਰਸਾਤ ਨਹੀਂ ਹੋਏਗੀ, ਤੂੰ ਚਿੰਤਾ ਕਰ, ਤੂੰ ਡਰ, ਲੇਕਿਨ
ਚਿੰਤਾ ਕਰਨ ਨਾਲ ਜਾਂ ਡਰ ਨਾਲ ਕੁਛ ਵੀ ਨਹੀਂ ਬਦਲੇਗਾ। ਲੇਕਿਨ ਜੇ ਤੂੰ ਪ੍ਰਾਰਥਨਾ ਕਰੇਗਾ ਪ੍ਰਭੂ ਨਾਲ, ਰਿਕੁਐਸਟ ਕਰੇਗਾ, ਪ੍ਰਾਰਥਨਾ ਕਰੇਗਾ, ਤਾਂ ਹੋ ਸਕਦਾ ਬਰਸਾਤ ਰੁਕ ਜਾਵੇ। ਕਹਿਣ ਦਾ ਭਾਵ, ਅਸੀਂ ਜਿਹੜੀ ਚਿੰਤਾ ਕਰ ਰਹੇ ਹਾਂ, ਫੋਨ ਨਹੀਂ ਲੱਗਿਆ ਜਾਂ ਗੱਲ ਨਹੀਂ ਹੋ ਪਾ ਰਹੀ ਹੈ, ਜਾਂ ਅੱਜ ਕਿਤੇ ਫੋਰਨ ਟ੍ਰਿਪ 'ਤੇ ਜਾ ਰਹੇ ਨੇ, ਬਾਈ ਏਅਰ ਜਾ ਰਹੇ ਨੇ, ਜਹਾਜ਼ ਕਿਵੇਂ ਰਹੇਗਾ, ਇਹ ਸਾਰੀਆਂ ਗੱਲਾਂ ਸਾਡੇ ਹੱਥ 'ਚ ਨਹੀਂ ਨੇ। ਜਿਹੜੀਆਂ ਚੀਜ਼ਾਂ ਸਾਡੇ ਹੱਥ 'ਚ ਨਹੀਂ ਨੇ, ਉਹਨਾਂ ਬਾਰੇ ਚਿੰਤਾ ਕਰਕੇ ਅਸੀਂ ਆਪਣੇ ਆਪ ਨੂੰ ਹੋਰ ਡਿਪਰੈਸ ਕਰ ਰਹੇ ਹਾਂ, ਆਪਣੀ ਐਨਰਜੀ ਨੂੰ ਡਿਪਲੀਟ ਕਰ ਰਹੇ ਹਾਂ, ਲੋ ਜਾ ਰਹੇ ਹਾਂ। ਜਿਹੜੀ ਚੀਜ਼ ਸਾਡੇ ਹੱਥ 'ਚ ਨਹੀਂ ਹੈਗੀ, ਤਾਂ ਸਭ ਤੋਂ ਵਧੀਆ ਤਰੀਕਾ ਹੈਗਾ ਉਹ ਪਰਮਾਤਮਾ ਨੂੰ ਅਰਪਣ ਕਰ ਦਿਓ। ਜੀ ਬਿਲਕੁਲ, ਮੈਂ ਦੇਖਿਆ ਹੈ ਐਸੇ ਕਿੰਨੇ ਲੋਕਾਂ ਨੂੰ, ਕਿੰਨੀ ਫੈਮਿਲੀਜ਼ ਨੂੰ ਦੇਖਿਆ, ਕਿੰਨੀ ਲੇਡੀਜ਼ ਨੂੰ ਦੇਖਿਆ ਹੈ, ਜਿਹਨਾਂ ਨੇ ਜਦੋਂ ਬ੍ਰਹਮਾ ਕੁਮਾਰੀ ਸੈਂਟਰ ਜੁਆਇਨ ਕੀਤਾ, ਅਸੀਂ ਉਹਨਾਂ ਤੋਂ ਪੁੱਛਦੇ ਹਾਂ ਜੀ ਹੁਣ ਚਿੰਤਾ ਹੁੰਦੀ ਹੈ, ਕਹਿੰਦੇ ਅਸੀਂ ਸਾਰੀ ਚਿੰਤਾ ਰੱਬ ਨੂੰ ਦੇਤੀਆਂ। ਅੱਛਾ, ਮੈਂ ਕਹਿੰਦਾ ਤੁਸੀਂ ਵਾਕਈ ਦੇਤੀਆਂ? ਮੈਨੂੰ ਕਹਿੰਦੇ ਨਹੀਂ, ਅਸੀਂ ਚਿੰਤਾ ਹੀ ਨਹੀਂ ਕਰਦੇ। ਕਹਿੰਦੇ ਜੇ ਪਹਿਲਾਂ 100 ਚਿੰਤਾ ਕਰਦੇ ਸੀਗੇ, ਅਤੇ ਹੁਣ 1 ਜਾਂ 2 ਰਹਿ ਗਈਆਂ ਨੇ, ਉਹ ਵੀ ਅਸੀਂ ਰੱਬ ਦੇ ਉੱਪਰ ਛੱਡ ਦਿੰਦੇ ਹਾਂ। ਕਿੰਨੀ ਸੋਹਣੀ ਗੱਲ, ਅਤੇ ਸਾਡਾ ਜੀਵਨ ਬਹੁਤ ਵਧੀਆ ਹੋ ਗਿਆ। ਅਤੇ ਅੱਜ ਮੈਂ ਵਿਊਅਰਸ ਨੂੰ ਇਹ ਦੱਸਣਾ ਚਾਹਾਂਗਾ ਕਿ ਜਿਹੜੀ ਚੀਜ਼ ਦੇ ਉੱਪਰ ਸਾਡਾ ਕੰਟਰੋਲ ਨਹੀਂ ਹੈਗਾ, ਅਸੀਂ ਸੋਚ ਸੋਚ ਕੇ ਉਹਨੂੰ ਵਰਸ ਕਰ ਦਿੰਦੇ ਨੇ, ਆਪਣੇ ਆਪ ਨੂੰ ਖਰਾਬ ਕਰ ਲੈਂਦੇ ਨੇ, ਅਤੇ ਜਿਹਦੇ ਬਾਰੇ ਸੋਚ ਰਹੇ ਨੈਗੇਟਿਵ ਐਨਰਜੀ ਉੱਥੇ ਵੀ ਪਹੁੰਚ ਰਹੀ ਹੈ। ਅਤੇ ਸਾਨੂੰ ਸੋਚ ਅੱਜ ਕਲੀਅਰ ਕਰਨਾ ਪਏਗਾ ਕਿ ਨੈਗੇਟਿਵ ਛੱਡ ਕੇ, ਚਿੰਤਾ ਛੱਡ ਕੇ, ਮੈਂ ਉਹ ਚੀਜ਼ਾਂ ਪ੍ਰਭੂ ਨੂੰ ਅਰਪਣ ਕਰਕੇ ਕਹਾਂ ਕਿ ਪਰਮਾਤਮਾ ਅੱਜ ਤੋਂ ਇਹ ਚੀਜ਼ਾਂ ਤੂੰ ਕਰਨੀ ਹੈ, ਤੂੰ ਹੀ ਸੰਭਾਲਣੀ ਹੈ। ਸਾਨੂੰ ਇਹ ਲੱਗਦਾ ਕਿ ਅਸੀਂ ਸੰਭਾਲ ਰਹੇ ਹਾਂ, ਸਾਨੂੰ ਲੱਗਦਾ ਕਿ ਮੈਂ ਆਪਣੇ ਆਪ ਵੱਡਾ ਹੋਇਆ ਹੈ, ਸਾਨੂੰ ਲੱਗਦਾ ਕਿ ਸਾਡੇ ਬੱਚੇ ਅਸੀਂ ਪਾਲ ਰਹੇ ਹਾਂ। ਨਹੀਂ, ਇਹ ਉਹਦੀ ਰਹਿਮਤ ਹੈ, ਉਹ ਪਾਲ ਰਿਹਾ, ਉਹ ਚਲਾ ਰਿਹਾ, ਪੂਰੇ ਯੂਨੀਵਰਸ ਸਿਸਟਮ ਨੂੰ ਚਲਾ ਰਿਹਾ, ਅਤੇ ਅਸੀਂ ਸਿਸਟਮ ਨੂੰ ਉਹਦੇ ਉੱਪਰ ਸੁੱਟ ਕੇ, ਜਿਹੜੀ ਚੀਜ਼ਾਂ ਸਾਡੇ ਕੰਟਰੋਲ 'ਚ ਨਹੀਂ ਹੈਗੀਆਂ, ਉਹਨੂੰ ਫੜਾ ਕੇ ਕਿ ਤੂੰ ਸੰਭਾਲ, ਆਪਣਾ ਨੂੰ ਰਿਲੈਕਸ ਜੀਵਨ ਜੀ ਸਕਦੇ ਹਾਂ। ਕਿੰਨੀ ਸੋਹਣੀ ਅੱਜ ਦੀ ਚਰਚਾ ਰਹੀ, ਥੈਂਕ ਯੂ ਸੋ ਮਚ ਗੌਰਵ ਭਾਈ ਜੀ। ਤੁਸੀਂ ਆਪਣੇ ਇੰਨੇ ਜਿਹੜੀ ਵਿਚਾਰਧਾਰਾ ਹੈ, ਇੰਨੀ ਸੋਹਣੀ, ਤੁਹਾਡਾ ਗਿਆਨ ਜੋ ਤੁਹਾਨੂੰ ਪਰਮਾਤਮਾ ਤੋਂ ਮਿਲਿਆ, ਤੁਸੀਂ ਸਾਡੇ ਵਿਊਅਰਸ ਨਾਲ ਵੀ ਸ਼ੇਅਰ ਕੀਤਾ, ਮੇਰੇ ਨਾਲ ਵੀ ਸ਼ੇਅਰ ਕੀਤਾ। ਥੈਂਕ ਯੂ ਸੋ ਮਚ ਇੱਥੇ ਆਉਣ ਲਈ ਅਤੇ ਆਪਣਾ ਸਮੇਂ ਸਾਨੂੰ ਦੇਣ ਲਈ। ਬਹੁਤ ਜਲਦ ਤੁਹਾਨੂੰ ਫਿਰ ਮਿਲਾਂਗੇ, ਕਿਉਂਕਿ ਹਾਲੇ ਬਹੁਤ ਸਾਰੀਆਂ ਗੱਲਾਂ ਬਾਕੀ ਨੇ। ਪਰ ਥੈਂਕ ਯੂ ਐਂਡ ਓਮ ਸ਼ਾਂਤੀ। ਓਮ ਸ਼ਾਂਤੀ ਭੈਣ ਜੀ। ਅੱਜ ਦਾ ਐਪੀਸੋਡ ਵਾਕਈ ਬਹੁਤ ਇੰਪੋਰਟੈਂਟ ਐਪੀਸੋਡ ਸੀ, ਇਸ ਲਈ ਕਿਉਂਕਿ ਡਰ ਨੇ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕਰਕੇ ਰੱਖਿਆ ਹੋਇਆ ਹੈ। ਵਹਿਮ ਕਰਨਾ, ਪਰਮਾਤਮਾ ਤੋਂ ਡਰਨਾ, ਪਰਮਾਤਮਾ ਤਾਂ ਸਾਡੇ ਪਿਤਾ ਨੇ, ਉਹਨਾਂ ਕੋਲੋਂ ਡਰਨ ਦਾ ਤਾਂ ਕੋਈ ਕਾਰਨ ਹੀ ਨਹੀਂ ਹੋਣਾ ਚਾਹੀਦਾ, ਬਲਕਿ ਉਹ ਤਾਂ ਸਾਨੂੰ ਇੰਨਾ ਪਿਆਰ ਕਰਦੇ ਨੇ, ਫਿਰ ਡਰ ਕਾਇਦਾ? ਜੇ ਸਾਨੂੰ ਕਦੀ ਕਿਸੇ ਨਿਤਨੇਮ ਵਿੱਚ ਅਸੀਂ ਕਿਸੇ ਕਾਰਨ ਉਹ ਨਹੀਂ ਕਰ ਪਾਏ, ਤਾਂ ਬਿਲਕੁਲ ਵੀ ਵਹਿਮ ਨਾ ਕਰੋ, ਕੁਛ ਵੀ ਬੁਰਾ ਤੁਹਾਡੇ ਨਾਲ ਨਹੀਂ ਹੋਏਗਾ। ਹਾਂ, ਉਹਨੂੰ ਇੱਕ ਪ੍ਰੈਕਟਿਸ ਨਾ ਬਣਾਓ, ਉਹਨੂੰ ਅਗਲੇ ਦਿਨ ਫਿਰ ਠੀਕ ਕਰ ਲਓ। ਦੂਜੀ ਗੱਲ, ਜਦੋਂ ਤੱਕ ਨਜ਼ਰ ਦੀ ਗੱਲ ਹੈ, ਨਜ਼ਰ ਲੱਗਣਾ ਇਹ ਵੀ ਸਾਡੇ ਆਪਣੇ ਉੱਤੇ ਨਿਰਭਰ ਹੈ। ਜੇ ਅਸੀਂ ਫੀਲ ਕਰਦੇ ਹਾਂ ਕਿ ਸਾਨੂੰ ਨਜ਼ਰ ਲੱਗੇਗੀ, ਤਾਂ ਤਾਂ ਜ਼ਰੂਰ ਲੱਗੇਗੀ। ਇਹੋ ਜਿਹਾ ਕੋਈ ਵੀ ਬੰਦਾ ਸਾਡੇ ਸਾਹਮਣੇ ਆਏ, ਉਹਨੂੰ ਪੋਜ਼ਿਟਿਵ ਐਨਰਜੀ ਦਿਓ, ਅਤੇ ਉਹਨਾਂ ਦੀ ਨੈਗੇਟਿਵਿਟੀ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਜਾਏਗੀ। ਆਪਣੇ ਫਿਕਰ ਉਸ ਪਰਮਾਤਮਾ ਨੂੰ ਅਰਪਣ ਕਰ ਦਿਓ, ਅਤੇ ਸਾਡਾ ਜੀਵਨ ਬਿਲਕੁਲ ਫਿਕਰਾਂ ਤੋਂ ਬੇਫਿਕਰ ਬਾਦਸ਼ਾਹ ਦੀ ਤਰ੍ਹਾਂ ਹੋ ਜਾਏਗਾ। ਤੁਹਾਨੂੰ ਬਹੁਤ ਜਲਦ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਓਮ ਸ਼ਾਂਤੀ।